ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੈ ਧਾਰੇ ਸਭ ਥਾਈ ਹੋਏ ਸਹਾਇ ਦਸਵੇਂ ਪਿਤਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਧਰ ਦਰਵੇਸ਼ ਪਿਤਾ ਸਭ ਥਾਈ ਉਹਨਾਂ ਦੀ ਸਹਾਇ ਦਸ ਪਾਤਸ਼ਾਹੀਆਂ ਕੀ ਆਤਮਕ ਸਰੂਪ ਜਗ ਦੀ ਜੋਤ ਛਤਰ ਚਰਪਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸੰਗਤਾਂ ਵਿੱਚ ਵਰਤਨ ਜੋ ਜੀ ਸ਼ਕਨ ਸਤਨਾਮ ਸ੍ਰੀ ਵਾਹਿਗੁਰੂ ਬੰਦੂਰੋ ਨੇੜੋ ਚੱਲ ਕੇ ਸੰਗਤਾਂ ਦੇ ਹਾਜ਼ਰੀਆਂ ਭਰੀਆਂ ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਪੇਡਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦੀ ਅਰਦਾਸਾਂ ਚੜ੍ਹਦੀਆਂ ਗੁਣਾਂ ਬਖਸ਼ਿਸ਼ ਕਰਨੀਆਂ ਸਰਬੱਤ ਸੰਗਤਾਂ ਦੀ ਅਰਦਾਸ ਬੇਨਤੀ ਦਰ ਪ੍ਰਵਾਨ ਕਰਨੀ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਕਰੋ ਕਿਰਪਾ ਹਜ਼ੂਰ ਸਜੋ ਦੇ ਦੀਵਾਨ ਵਿੱਚ ਹੁਕਮਨਾਮੇ ਬਖਸ਼ੋ ਸੰਗਤਾਂ ਨੂੰ ਨਿਹਾਲ ਕਰੋ ਹੁਕਮਾਂ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈਆ ਕਾਲ ਕੀ ਸਾਧ ਸਿੱਖਣ ਕੋ ਹੁਕਮ ਹੈ ਕਹਿੰਦੇ ਸਾਰਾ ਦਿਨ ਦੋੜਾਂ ਤੇ ਚੁੱਕ ਕੇ ਕਾਖਾ ਕੇ
ਭਰਦਾ ਤੇਰੇ ਪੇਟ ਦੀ ਪੂਰਤੀ ਨਹੀਂ ਪੈਂਦੀ ਤੇ ਅਕੇਲੀ ਪਰਦੀ ਭਗਤੀ ਕਿਉਂ ਜਾਣ ਕਰਦੇ ਨੇ ਜਾਣ ਭਗਤਨ ਦਾ ਕਹਾ ਨਾ ਮਾਨੋ ਭਾਈ ਤੂੰ ਉਸ ਵੇਲੇ ਜਦੋਂ ਤੈਨੂੰ ਵਿਆਹ ਕਰਦੇ ਸੀ ਤੂੰ ਸਾਡਾ ਇੱਕ ਵੀ ਕਹਿਣਾ ਨਹੀਂ ਮੰਨਿਆ ਇੱਕ ਵੀ ਕਹਿਣਾ ਨਹੀਂ ਇੱਕ ਵੀ ਸ਼ਬਦ ਨਹੀਂ ਮੰਨਿਆ ਵਚਨ ਨਹੀਂ ਮੰਨਿਆ ਤੇ ਫਿਰ ਤੈਨੂੰ ਫਲ ਕੀ ਮਿਲਿਆ ਹੈ ਕਿ ਉਹ ਆਪਣਾ ਪਈ ਹੈ ਤੂੰ ਆਪਣਾ ਕੀਤਾ ਆਪ ਪਾ ਰਿਹਾ ਵਾ ਆਪਣੇ
ਅਰਦਾਸ ਬੇਨਤੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਗੋਬਿੰਦ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਨ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਧਰ ਦਰਵੇਸ਼ ਪਿਤਾ ਸਭ ਥਾਈ ਉਹਨਾਂ ਦੀ ਸਹਾਇ ਦਸ ਪਾਤਸ਼ਾਹੀਆਂ ਕੀ ਆਤਮਕ ਸਰੂਪ ਜਗ ਦੀ ਜੋਤ ਸ਼ਾਦਰ ਚਰਪਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿੱਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਸਵਾਸਾ ਸੰਗ ਨਿਭਾਈ ਜਿਨ੍ਹਾਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਜਿਤ ਆਵੈ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਬੋਲੋ ਜੀ ਬਖਸ਼ਿਆ ਜੀ ਸਿੱਖਾਂ ਨੂੰ ਸਿਮਰਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਾਲ ਧਰਮ ਕਾ ਜੈਕਾਰ ਗੁਰ ਸਿੱਖਾਂ ਦਾ ਮਨ ਨੀਵਾ ਗੁਰਦੁਆਰਾ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਨਾਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਜੀ ਨੇ ਤਾਣਿਆਂ ਦੇ ਤਾਣ ਸਤਿਗੁਰੂ ਜੀ ਨੇ ਓਟੀਆਂ ਦੀ ਓਟ ਨੇ ਆਸਰਿਆਂ ਦੇ ਤੇਹਾ ਹੁਕਮ ਪਮਾਏ ਘੱਲੇ ਆਵੈ ਨਾਨਕਾ ਸਦੇ ਉੱਠੀ ਜਾਏ ਆਪੇ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਪਵਿੱਤਰ ਮਹਾਂਵਾਕਾਂ ਅਨੁਸਾਰ ਆਪ ਜੀ ਕੇ ਦਰ ਘਰ ਦੇ ਚਰਨ ਸੇਵਕ ਸਰਦਾਰ ਪਰਮਜੀਤ ਸਿੰਘ ਜੀ ਜਿਤਨੀ ਕੋ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕਰਕੇ ਆਪ ਜੀ ਨੇ ਮਾਤ ਤੋਂ ਕਰਨ ਸਦੀਵੀ ਕਾਲ ਵਿਛੋੜਾ ਦੇ ਕੇ ਸਨ ਚਰਨਾਂ ਵਿੱਚ ਜਾ ਬਿਰਾਜੇ ਸਨ ਦਾਤ ਆਜ ਪਿਤਾ ਜੀਓ ਸੰਗਤਾਂ ਵਿੱਚ ਵਰਤਨ ਜੋ ਜੀ ਸ਼ਕਨ ਸਤਨਾਮ ਸ੍ਰੀ ਵਾਹਿਗੁਰੂ ਜੀ ਬੰਦੂਰੋ ਨੇੜੇ ਚੱਲ ਕੇ ਸੰਗਤਾਂ ਦੇ ਹਾਜ਼ਰੀਆਂ ਭਰੀਆਂ ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਪੇਡਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦੀਆਂ ਦਾਤਾਂ ਚੜ੍ਹਦੀਆਂ ਗੁਣਾਂ ਬਖਸ਼ਿਸ਼ ਕਰਨੀਆਂ ਸਰਬੱਤ ਸੰਗਤਾਂ ਦੀ ਅਰਦਾਸ ਬੇਨਤੀ ਦਰ ਪ੍ਰਵਾਨ ਕਰਨੀ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਸਰਬੱਤ ਸੰਗਤਾਂ ਦੀ ਅਰਦਾਸ ਬੇਨਤੀ ਦਰ ਪ੍ਰਵਾਨ ਕਰਨੀ ਸਰਦਾਰ ਪਰਮਜੀਤ ਸਿੰਘ ਜੀ ਨੂੰ ਆਪਣੇ ਚਰਨਾਂ ਅੰਮ੍ਰਿਤ ਨਿਵਾਸ ਬਖਸ਼ਣਾ ਆਵਾਗਮਨ ਦੇ ਚੱਕਰ ਤੋਂ ਬਚਾਉਣਾ 84 ਦੀ ਗੇੜ ਤੋਂ ਬਚਾ ਕੇ ਰੱਖਣਾ ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਦਾ ਪਿਆਸ ਰੱਖਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਕਰੋ ਕਿਰਪਾ ਹਜ਼ੂਰ ਸਜੋ ਹੋਏ ਦੀਵਾਨ ਵਿੱਚ ਹੁਕਮਨਾਮੇ ਬਖਸ਼ੋ ਸੰਗਤਾਂ ਨੂੰ ਨਿਹਾਲ ਕਰੋ ਹੁਕਮਾਂ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਮਾਨ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈਆ ਕਾਲ ਕੀ ਸਾਧ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਵਾਹਿਗੁਰੂ ਨਾਮ ਜਹਾਜ਼ ਹੈ
ਰੀਤਾ ਤਰ ਆਵੇ ਕੰਨ ਬਗਲਾ ਬੈਤਾ ਕੇਲ ਕਰੇ ਕੇਲ ਕਰਿੰਦੇ ਹੰਜਨਾ ਪਵਿੱਤਰ ਗੋਦ ਵਿੱਚ ਬੈਠੇ ਗੁਰੂ ਪਿਆਰੀ ਸਤਸੰਗ ਜੀ
ਅੱਜ ਅਸੀਂ ਮੇਰੇ ਵੱਡੇ ਭਾਈ ਮੇਰੇ ਚਾਚਾ ਜੀ ਸਾਹਿਬ ਰਣਜੀਤ ਸਿੰਘ ਦੀ ਔਲਖ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸਾਰੇ ਇਕੱਤਰ ਹੋਏ ਹਾਂ। ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਰਣਜੀਤ ਸਿੰਘ ਜੀ ਦੀ ਉਮਰ ਕੋਈ ਬਹੁਤ ਹੀ ਜ਼ਿਆਦਾ, ਮੈਂ 2-4 ਮਿੰਟ ਹੀ ਲੈਣੇ ਨੇ। ਗਰਮੀ ਦਾ ਮੌਸਮ ਆ, ਪਰਿਵਾਰ ਵੱਲੋਂ ਫੈਸਲਾ ਹੋਇਆ ਸੀ ਕਿ ਆਈ ਹੋਈ ਸਾਧ ਸੰਗਤ ਦਾ ਧੰਨਵਾਦ ਕਰਨਾ ਹੈ। ਬਾਕੀ ਬਹੁਤ ਸਾਰੇ ਬਜ਼ਾਰੇ ਬਹੁਤ ਸਾਰੀਆਂ ਮੌਜੂਦ ਅਸੀਸਾਂ ਆਈਆਂ ਨੇ, ਇਸ ਵਾਸਤੇ ਮੈਂ ਆਏ ਹੋਏ ਪਰਿਵਾਰ ਦਾ ਧੰਨਵਾਦ ਕਰਨ ਵਾਸਤੇ, ਕਿਉਂਕਿ ਮੈਂ 2-4 ਮਿੰਟ ਲੈਣੇ ਨੇ। ਮੈਂ ਪਰਿਵਾਰ ਬਾਰੇ ਜ਼ਰੂਰ ਦੱਸਣਾ ਚਾਹੁੰਦਾ। ਮੇਰੇ ਪਿਤਾ ਜੀ ਸਰਦਾਰਜੀਤ ਸਿੰਘ ਜੀ ਲੋਕ ਹੋ ਕੇ ਹਲਕਾ ਰਾਜਾ ਸਾਸੀ ਤੋਂ 2 ਵਾਰੀ MLA ਰਹੇ ਨੇ ਔਰ ਇਹਨਾਂ ਦੇ ਤਾਇਆ ਜੀ ਦੇ ਪੁੱਤਰ। ਸਾਡਾ ਪਰਿਵਾਰ ਲੋਕ ਹੋ ਕੇ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਔਰ ਸਾਡੇ ਪੜਦਾਦਾ ਜੀ ਸਰਦਾਰ ਸੁਖਤਾ ਸਿੰਘ ਜੀ ਠੇਕੇਦਾਰ ਇਹਨਾਂ ਦੇ ਦਾਦਾ ਜੀ ਹੈ। ਉਹਨਾਂ ਦੇ 3 ਪੁੱਤਰ ਸਨ, ਸਰਦਾਰ ਮੋਹਨ ਸਿੰਘ, ਸਰਦਾਰ ਚਰਨਣ ਸਿੰਘ, ਸਰਦਾਰ ਸੰਤੋਖ ਸਿੰਘ। ਸਰਦਾਰ ਮੋਹਨ ਸਿੰਘ ਜੀ ਹੁਣਾਂ ਦੀਆਂ 2 ਬੇਟੀਆਂ ਨੇ, ਉਹ ਵੀ ਸਾਡੀਆਂ ਦੋਨੋਂ ਪਰਿਵਾਰੀ ਖਿਡਾਰੀਆਂ ਨੇ ਔਰ 2 ਨੰਬਰ 'ਤੇ ਸਰਦਾਰ ਚਰਨਣ ਸਿੰਘ ਜੀ, ਉਹਨਾਂ ਦੇ 3 ਪੁੱਤਰ ਸਨ, ਸਰਦਾਰਜੀਤ ਸਿੰਘ ਜੋ ਕਹੋ ਕੇ ਮੇਰੇ ਪਿਤਾ ਜੀ ਔਰ ਉਹਨਾਂ ਤੋਂ ਸਰ ਜਗੀਰ ਸਿੰਘ ਜੀ, ਸਰ ਸੁੱਚਾ ਸਿੰਘ ਜੀ ਔਰ 2 ਸਾਡੀਆਂ ਭੂਆ ਨੇ ਔਰ ਇਹ 3 ਨੰਬਰ 'ਤੇ ਸਰਦਾਰ ਸੰਤੋਖ ਸਿੰਘ ਜੀ, ਇਹਨਾਂ ਦੇ 3 ਪੁੱਤਰ ਸਰਦਾਰ ਜਗਦੇਵ ਸਿੰਘ ਜੀ, 2 ਨੰਬਰ ਸਾਹਿਬ ਪਰਮਜੀਤ ਸਿੰਘ ਜੀ ਔਰ ਸਾਹਿਬ ਔਰ 3 ਨੰਬਰ ਸਾਹਿਬ ਭਪਿੰਦਰ ਸਿੰਘ ਜੀ। ਗੁਰੂ ਮਹਾਰਾਜ ਦੀ ਪਰਿਵਾਰ ਦੀ ਪੂਰੀ ਕਿਰਪਾ, ਸਾਡੇ ਦਾਦੇ ਪੜਦਾਦੇ ਗੁਰੂ ਮਹਾਰਾਜ ਦੀ ਸ਼ੁਰੂ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿੰਦੇ ਹਾਂ, ਮਹਾਰਾਜ ਨੇ ਬਹੁਤ ਕੁਝ ਦਿੱਤਾ। ਜਿੰਨਾ ਕਹਿ ਲਈ ਉਹਨਾਂ ਥੋੜ੍ਹਾ ਕੋਟਲੂ ਕੋਟ ਧੰਨਵਾਦ ਕਰਦੇ ਹਾਂ ਕਿ ਐਸਾ ਪਰਿਵਾਰ ਜਿਹਦੇ ਕੋਲ ਜਾਇਦਾਦ ਵਾਧੂ, ਪੁੱਤ ਪੋਤਰਿਆਂ ਵਾਲਾ, ਦੋਹਤਿਆਂ ਵਾਲਾ, ਰਿਸ਼ਤੇਦਾਰੀਆਂ ਵਾਲਾ ਔਰ ਜਿੰਨੀਆਂ ਮੈਂ ਰਿਸ਼ਤੇਦਾਰੀਆਂ ਦੱਸਾਂ ਸਾਡੀ, ਮੈਂ ਆਪਣੇ ਤਾਂ ਗੱਲ ਕੀਤੀ ਹੈ, ਮੇਰਾ ਭਾਈ ਵੀ ਲੱਗਦਾ ਅਤੇ ਮੇਰਾ ਚਾਚਾ ਵੀ ਲੱਗਦਾ, ਮੇਰੀ ਮਾਤਾ ਵੱਲੋਂ ਵੀ ਰਿਸ਼ਤੇਦਾਰੀ ਅਤੇ ਪਿਤਾ ਜੀ ਵੱਲੋਂ ਵੀ ਰਿਸ਼ਤੇਦਾਰੀ। ਜਿਹੜੇ ਮੇਰੇ ਮਾਸੀ ਜੀ ਸਰਦਾਰ ਜੀ ਮਨਜੀਤ ਕੌਰ, ਮੇਰੇ ਮਾਤਾ ਜੀ ਦੇ ਵੱਡੇ ਭੈਣ ਨੇ ਔਰ ਇੱਧਰੋਂ ਮੇਰੇ ਸਰੀਕੇ ਚਾਚਾ ਜੀ ਲੱਗਦੇ, ਬਹੁਤ ਤਕੜਾ ਪਰਿਵਾਰ ਆ। ਕਿਉਂਕਿ ਇੱਥੇ ਇੱਕ ਹੋਰ ਸਾਡੀ ਇਹਨਾਂ ਦੇ ਮਾਸੀ ਜੀ ਵਿਆਹੇ ਨੇ, ਸਰ ਰਿੰਦਰ ਸਿੰਘ ਜੀ ਚਹਿਲ, ਰਿਟਾਇਰਡ ਅਫਸਰ ਫੋਰਸਟ ਦੇ ਵਿੱਚ ਹੋਏ ਨੇ ਔਰ ਨਾਭਾ ਰੋਡ 'ਤੇ ਜਾਈਏ ਔਰ ਉੱਥੇ ਚਹਿਲ ਫਾਰਮ ਕਰਕੇ ਬਹੁਤ ਵੱਡਾ ਪੈਲਸ ਹੈ ਇਹਨਾਂ ਦੀ ਮਾਸੀ ਦੇ ਬੇਟੇ। ਮੇਰੇ ਕਹਿਣ ਤੋਂ ਬਾਅਦ ਗੁਰੂ ਮਹਾਰਾਜ ਨੇ ਬੜਾ ਕੁਛ ਦਿੱਤਾ ਪਰ ਆਹ ਜਿਹੜਾ ਇੱਕ ਸਦਮਾ ਹੈ, ਆਹ ਕਹਿ ਤੇ ਸਹਿ ਜਿਹੜਾ ਕਿਸੇ ਆਪਾਂ ਸੋਚਿਆ ਵੀ ਨਹੀਂ ਸੀ, ਇਹ ਬਹੁਤ ਵੱਡੀ ਸੱਟ ਮਾਰ ਕੇ। ਕਿਉਂਕਿ ਮੇਰੇ ਪਿਤਾ ਜੀ ਵੱਡੇ ਹੋਣ ਕਾਰਨ ਜਿੱਦਣ ਮੇਰੇ ਪਿਤਾ ਜੀ ਔਰ ਚਾਚਾ ਜੀ ਸਾਰੇ ਕਿੱਥੋਂ ਚਲੇ ਗਏ, ਇਹਨਾਂ ਸਾਰੇ ਵੀਰਾਂ ਨੇ ਕਿਹਾ ਸੀ ਕਿ ਵੀਰ ਜੀ ਲੋਕੋ ਕੇ ਸਾਹਿਬ, ਅੱਜ ਤੋਂ ਤੁਸੀਂ ਮੇਰੇ ਸਾਡੇ ਵੱਡੇ ਭਾਈ ਹੋ, ਪਿਓਵਾਂ ਸਮਾਨ ਹੋ ਅਤੇ ਸਾਡੀ ਹਮੇਸ਼ਾ ਹੀ ਇੱਕ ਦੂਜੇ ਦੀ ਬਾਂਹ ਬਣ ਕੇ ਰਹੀ। ਅੱਜ ਉਹਨਾਂ ਨੇ ਆਉਣਾ ਸੀ ਕਿਉਂਕਿ ਉਹ ਸ਼ਾਹਕੋਟ ਦੀ ਇਲੈਕਸ਼ਨ ਸੀ, ਉੱਥੇ ਰਹੇ, ਕੋਈ ਟਾਈਫਾਇਡ ਦਾ ਬੁਖਾਰ ਹੋਣ ਕਰਕੇ ਜ਼ਿਆਦਾ ਸੀ, ਪਰ ਉਹ ਜਿੱਦ ਕਰਦੇ ਸੀ ਮੈਂ ਜਾਣਾ ਕਿਉਂਕਿ ਮੈਂ ਸਭ ਤੋਂ ਵੱਡਾ ਹੈ। ਮੈਂ ਉਹਨਾਂ ਦੀ ਹਾਜ਼ਰੀ ਬਾ ਰਿਹਾ ਕਿਉਂਕਿ ਗੱਲ ਇਹ ਵੀ ਮਹਾਰਾਜ ਦਾ ਬਹੁਤ 3 ਭਰਾਵਾਂ ਦੇ ਇੱਕ ਇੱਕ ਬੇਟਾ ਬੇਟੀਆਂ ਵਿਆਹੀਆਂ ਨੇ, ਸਾਰਾ ਕੁਛ ਠੀਕ ਹੈ, ਪਰ ਅਚਾਨਕ ਜਿਹੜੀ ਆ ਸੱਟ ਵੱਜੀ ਹੈ, ਬਹੁਤ ਹੀ ਜਿਹੜੀ ਹੈ ਚੁੰਮਣ ਵਾਲੀ ਆ। ਔਰ ਸਾਡੀ ਇੱਕ ਭੂਆ ਜੀ, ਰਿਸ਼ਤੇਦਾਰੀ ਦੱਸੀਏ, ਲਾਗੇ ਬਖਸ਼ੀਵਾਲ ਤੁਸੀਂ ਸਾਰੇ ਜਾਣਦੇ ਆ, ਕਿਉਂਕਿ ਸਾਡੀ ਭੂਆ ਜੀ ਇੱਕ ਇੱਥੇ ਵਿਆਹੀ, ਇਹਨਾਂ ਦੀ ਭੂਆ ਜੀ ਇਕੱਠੀ ਭੂਆ ਜੀ ਆ ਸਾਹਿਬ ਫਤਿਹ ਸਿੰਘ ਜੀ, ਜਿਹੜੇ ਬਖਸ਼ੀਵਾਲ ਤੋਂ ਸਰਪੰਚ ਵੀ ਰਹੇ, ਬਲਾਕ ਸੰਮਤੀ ਦੇ ਮੈਂਬਰ ਵੀ ਰਹੇ, ਉਹਨਾਂ ਦੇ ਬੇਟਾ ਜੀ ਵਿਆਹ ਸਾਹਿਬ ਭਪਿੰਦਰ ਸਿੰਘ ਜੀ, ਬਲਾਕ ਸੰਮਤੀ ਦੇ ਮੈਂਬਰ। ਬਹੁਤ ਵੱਡਾ ਪਰਿਵਾਰ ਆ, ਪਰ ਜਦੋਂ ਆ ਗੁਰੂ ਮਹਾਰਾਜ ਸੱਟਾਂ ਵੱਜਦੀਆਂ ਨੇ ਉਦੋਂ ਫਿਰ ਵਿਛੋੜ ਦਿੰਦੀਆਂ, ਕਿਉਂਕਿ ਗੁਰੂ ਮਹਾਰਾਜ ਅੱਗੇ ਕੋਈ ਯੋਗ ਨਹੀਂ।
ਜਿੱਥੇ ਰਾਵਣ ਵਰਗਿਆਂ ਨੇ ਜਿਨ੍ਹਾਂ ਨੇ ਕਾਲ ਪਾਵੇ ਨਾਲ ਬੰਨਿਆ ਸੀ ਉਹਨਾਂ ਨੂੰ ਜਾਣਾ ਪਿਆ ਸੀ, ਜਿਹੜਾ ਕਹਿੰਦਾ ਸੀ ਨਾ ਮੈਂ ਦਿਨ ਵੇਲੇ ਮਰਾਂ, ਨਾ ਮੈਂ ਰਾਤ ਵੇਲੇ ਮਰਾਂ, ਨਾ ਮੈਂ ਧੁੱਪ 'ਚ ਮਰਾਂ, ਨਾ ਮੈਂ ਸ਼ਾਮ 'ਚ ਮਰਾਂ, ਕਿਉਂਕਿ ਇਹ ਅਸੂਲ ਆ ਜ਼ਿੰਦਗੀ ਦਾ, ਮਰਨ ਲਿਖਾਏ ਮੰਡਲ ਮੈਂ ਹੈ, ਜਦੋਂ ਇਨਸਾਨ ਪਹਿਲਾਂ ਆਪਣਾ ਮਰਨ ਲਿਖਾਉਂਦਾ। ਸੋ ਇਸ ਵਾਸਤੇ ਬਹੁਤ ਵੱਡੀ ਸੱਟ ਮਾਰ ਕੇ ਗਏ ਆ ਉਹਨਾਂ ਦੇ ਬੇਟੇ ਮਨਤੇਜ ਔਰ ਪੋਤਰਾ ਮਾਤਾ ਮਨਰਾਜ। ਗੁਰੂ ਮਹਾਰਾਜ ਨੇ ਬੇਨਤੀ ਕਰਦਾ ਅਸੀਂ ਸਾਰੇ ਤੁਹਾਡੇ ਨਾਲ ਆ, ਰਿਸ਼ਤੇਦਾਰ ਨਾਲ ਆ, ਕੋਈ ਹਮੇਸ਼ਾ ਹੀ ਉਹ ਚੀਜ਼ 'ਤੇ ਨਹੀਂ ਮੁੜ ਕੇ ਲਿਆ ਸਕਦੇ, ਪਰ ਪਰਿਵਾਰਕ ਤੌਰ 'ਤੇ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਅਸੀਂ ਤੁਹਾਡੇ ਨਾਲ ਹਮੇਸ਼ਾ ਨਾਲ, ਕਿਉਂਕਿ ਬੜੀ ਵੱਡੀ ਗੱਲ ਆ ਕਿ ਲੋਕੋ ਕੇ ਪਿੰਡ 'ਚੋਂ ਉੱਠ ਕੇ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਇੱਥੇ ਆ ਕੇ ਵਸੇਬਾ ਕਰਨਾ, ਇੱਥੇ ਜ਼ਮੀਨ ਇਹਨਾਂ ਨੂੰ ਆ ਗਈ, ਸਾਡੇ ਉੱਥੇ ਆ ਗਈ, ਦੋਵਾਂ ਪਰਿਵਾਰਾਂ ਦਾ ਬੜਾ ਤਿੰਨਾਂ ਪਰਿਵਾਰਾਂ ਦਾ ਪਿਆਰ ਰਿਹਾ, ਕਿਉਂਕਿ ਇੱਥੇ ਆ ਕੇ ਇੱਜ਼ਤ ਕਮਾਉਣੀ, ਹੱਥਾਂ ਨਾਲ ਦੀ ਕਿਰਤ ਕਰਨੀ ਬੜੀ ਵੱਡੀ ਗੱਲ ਆ। ਸੋ ਇਸ ਵਾਸਤੇ ਔਰਤ ਪਰਿਵਾਰ ਨੂੰ ਲੋਕੋ ਕੇ ਪਰਿਵਾਰ, ਕਿਉਂਕਿ ਪਿਤਾ ਜੀ ਦਾ ਨਾਂ ਲੋਕੋ ਕੇ ਸ਼ਹੀਦ ਮੇਵਾ ਸਿੰਘ ਦਾ ਪਿੰਡ ਆ, ਹਮੇਸ਼ਾ ਔਰਤ ਭਾਵੇਂ ਸਾਡੀ ਯਾਦ ਆ ਪਰ ਪਿੰਡ ਦੇ ਕਰਕੇ ਲੋਕੋ ਕੇ ਜਾਣਦੇ ਆ। ਮੈਂ ਤਾਂ ਤੁਹਾਡਾ ਇੱਥੇ ਜ਼ਿਕਰ ਲੋਕੋ ਕੇ ਕਰ ਰਿਹਾ, ਕਿਉਂਕਿ ਅੱਜ ਵੀ ਇਹਨਾਂ ਦੀ ਤਿੰਨਾਂ ਭਰਾਵਾਂ ਦੀਆਂ ਕੋਠੀਆਂ ਉੱਥੇ ਮੌਜੂਦ ਆ, ਸਰਦਾਰ ਮੋਹਨ ਸਿੰਘ ਦੀ ਵੀ, ਸਰਦਾਰ ਚੰਨਣ ਸਿੰਘ ਦੀ ਵੀ, ਸਰਦਾਰ ਸੰਤੋਖ ਸਿੰਘ ਦੀ। ਭਾਵੇਂ ਕੋਠੀਆਂ ਸਾਡੀਆਂ ਚੰਡੀਗੜ੍ਹ ਵੀ, ਅੰਮ੍ਰਿਤਸਰ ਵੀ ਆ, ਪਿੰਡ ਵੀ ਆ, ਪਰ ਮੇਰੇ ਪਿਤਾ ਜੀ ਨੇ ਕਿਹਾ ਜਿੰਨਾ ਚਿਰ ਮੇਰੀ ਜ਼ਿੰਦਗੀ ਆ ਇਹ ਤਿੰਨਾਂ ਭਰਾਵਾਂ ਦੀਆਂ ਕੋਠੀਆਂ ਇਸੇ ਮੈਂ ਸੱਜੀਆਂ ਰਹਿਣਗੀਆਂ, ਯਾਦ ਕਰਨਗੇ ਆਉਣ ਵਾਲੇ ਬੱਚੇ ਕਿ ਸਾਡੇ ਦਾਦੇ ਪੜਦਾਦਿਆਂ ਦੀ ਇਹ ਦਿੱਤੀਆਂ ਹੋਈਆਂ ਦਾਤਾਂ ਨੇ। ਸੋ ਇਸ ਵਾਸਤੇ ਮੈਂ ਆਪਣੇ ਵੀਰ ਨੂੰ ਮਨਤੇਜ ਨੂੰ ਇਹ ਕਹਿੰਦਾ ਅੱਜ ਤੈਨੂੰ ਨਾਨਕਿਆਂ ਵੱਲੋਂ ਪੱਗ ਬੰਨੀ ਜਾਣੀ, ਪੱਗ ਦਾ ਕੋਈ 7 ਮੀਟਰ ਦਾ ਕੱਪੜਾ ਨਹੀਂ, ਇਹ ਵੀਰ ਅੱਜ ਤੋਂ ਸਾਰੀਆਂ ਜ਼ਿੰਮੇਵਾਰੀਆਂ ਤੇਰੇ 'ਤੇ ਪੈ ਜਾਣੀਆਂ, ਜਿੰਨੇ ਬਾਪ ਦੀਆਂ ਜ਼ਿੰਮੇਵਾਰੀਆਂ ਨੇ, ਭਰਾਵਾਂ ਦੀਆਂ ਜ਼ਿੰਮੇਵਾਰੀਆਂ ਨੇ, ਚਾਚੇ ਤਾਇਆਂ ਨਾਲ ਮਿਲਦੀਆਂ ਜ਼ਿੰਮੇਵਾਰੀਆਂ ਨੇ, ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਜ਼ਿੰਮੇਵਾਰੀਆਂ ਤੈਨੂੰ ਮਿਲਦੀਆਂ ਪੈਣੀਆਂ ਨੇ। ਤਗੜਾ ਹੋ, ਗੁਰੂ ਮਹਾਰਾਜ ਉੱਤੇ ਕਿਰਪਾ ਕਰ, ਭੈਣ ਭਰਾ ਰਿਸ਼ਤੇਦਾਰ ਤੇਰੇ ਨਾਲ ਨੇ ਸਾਰੇ, ਤਗੜੇ ਹੋ ਕੇ ਆਪਣੇ ਪਿਤਾ ਜੀ ਦੀ, ਆਪਣੇ ਦਾਦਿਆਂ ਦੀ ਕਿ ਵਿਰਾਸਤ ਨੂੰ ਤੋੜ, ਲੋਕਾਂ 'ਚ ਵਿਚਰ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸੋਸ਼ਲ ਬਣ, ਆਪਣੇ ਪਰਿਵਾਰ ਨੂੰ, ਮਾਂ ਨੂੰ, ਆਪਣੀ ਦਾਦੀ ਨੂੰ, ਸਾਧ ਮਨਜੀਤ ਕੌਰ ਰਿਸ਼ਤੇਦਾਰਾਂ ਨਾਲ ਮਿਲ। ਗੁਰੂ ਮਹਾਰਾਜ ਨੇ ਤੁਹਾਡੇ ਕੋਲ ਦਿੱਤਾ ਬਹੁਤ ਖੁਸ਼ ਹੈ, ਕਿਉਂਕਿ ਸਭ ਤੋਂ ਵੱਡੀ ਇਨਸਾਨ ਨੂੰ ਜੈਦਤ ਦੀ ਭੁੱਖ ਹੁੰਦੀ ਆ, ਗੁਰੂ ਮਹਾਰਾਜ ਨੇ ਦਿੱਤੀ ਤੁਹਾਡੇ ਕੋਲ ਬਹੁਤ ਕੁਛ ਹੈ, ਇੱਜ਼ਤ ਸਭ ਕੁਛ ਹੈ, ਬਸ ਅੱਜ ਇਹਨੂੰ ਸੰਭਾਲਣ ਦੀ ਲੋੜ ਆ। ਮੈਨੂੰ ਪੂਰਨ ਆਸ ਆ ਕਿ ਤੁਸੀਂ ਬਾਪੂ ਜੀ ਸਾਡੇ ਸਾਸੂਤਾ ਸਿੰਘ ਦੇ ਉਹਨਾਂ ਦੇ ਕਦਮਾਂ 'ਤੇ ਚੱਲੋਗੇ, ਔਰ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਬਲੋਕ ਸੰਗਤੀ ਇਲਾਕੇ 'ਚੋਂ ਭੈਣ ਭਰਾ ਆਏ ਨੇ, ਔਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਸ਼ਾਮ ਸੁੰਦਰ ਜੀ ਵੱਲੋਂ, ਇਹਨਾਂ ਵੱਲੋਂ ਪੂਰੀ ਉਮੀਦ ਪ੍ਰਧਾਨ ਇਹਨਾਂ ਦਾ ਸੋਗ ਆਦੇਸ਼ ਆਇਆ, ਮੈਂ ਇਹਨਾਂ ਵੱਲੋਂ ਵੀ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ, ਜਿੰਨੇ ਵੀ ਪਾਰਟੀ ਦੇ ਜਿੰਨੇ ਵੀ ਨੁਮਾਇੰਦੇ ਕੋਲ, ਕਾਂਗਰਸ ਤੋਂ, ਅਕਾਲੀ ਦਲ ਤੋਂ, ਕਾਂਗਰਸ ਤੋਂ, ਭਾਰਤੀ ਜਨਤਾ ਪਾਰਟੀ ਤੋਂ ਆਏ ਨੇ, ਬਹੁਤ ਬਹੁਤ ਧੰਨਵਾਦ। ਔਰ ਕਾਕਾ ਜੀ ਅੱਜ ਨਾਨਕਿਆਂ ਵੱਲੋਂ ਪੱਗ ਜ਼ਰੂਰ ਦੇਣੀ, ਪਰਿਵਾਰ ਵੱਲੋਂ ਬੇਨਤੀ ਹੈ, ਹੁਕਮ ਹੱਥ ਜੋੜ ਕੇ ਕਿਸੇ ਨੇ ਪੈਸੇ ਦੇਣ ਦੀ ਖੇਚਲ ਨਹੀਂ ਕਰਨੀ, ਗੁਰੂ ਦਾ ਟੁੱਟ ਲੰਗਰ ਤਿਆਰ ਹੈ, ਜਿੰਨੇ ਛੱਕ ਲਿਆ ਔਰ ਕਿਉਂਕਿ ਇਹ ਅਖੀਰਲਾ ਲੰਗਰ ਹੈ ਸਾਹਿਬੰਦੀ ਸਰ ਸਾਡੇ ਘਰ ਦਾ ਚਾਚੇ ਦਾ, ਛੱਕ ਕੇ ਜ਼ਰੂਰ ਜਾਣਾ, ਔਰ ਇਸ ਤੋਂ ਬਾਅਦ ਕੜਾਹ ਦੀ ਦੇਖ ਵਰਤੀ ਜਾਏਗੀ, ਲੈ ਕੇ ਜਾਣਾ ਫਿਰ ਸਾਡੇ ਪਰਿਵਾਰ ਵੱਲੋਂ, ਔਰਤ ਪਰਿਵਾਰ ਵੱਲੋਂ, ਲੋਕੋ ਕੇ ਪਰਿਵਾਰ ਵੱਲੋਂ, ਜਿੰਨੇ ਭੈਣ ਭਰਾ ਰਿਸ਼ਤੇਦਾਰ ਸੱਜਣ ਮਿੱਤਰ ਜਿੰਨੀਆਂ ਵੀ ਆ ਰੂਹਾਂ ਆਈਆਂ ਨੇ ਤੁਹਾਡੇ ਅੱਗੇ ਹੱਥ ਜੋੜ ਕੇ, ਤੁਹਾਡੇ ਚਰਨਾਂ 'ਚ ਸੀਸ ਨੂੰ ਆ ਕੇ ਸਾਡੇ ਤੁਸੀਂ ਦੁੱਖ ਦੇ ਵਿੱਚ ਸ਼ਾਮਲ ਹੋਏ ਜੀ, ਤੁਹਾਡਾ ਕੋਟਨ ਕੋਟ ਪਰਿਵਾਰ ਆਓ ਸਤਾਰਾਂ ਉੱਤੇ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।